23 ਸਾਲ ਦੀ ਸੀ ਉਮਰ ਹੁਣ 24 ਮੈਂ ਲੱਗਣਾ ਸੀ 21 ਨਵੰਬਰ ਚ ਮੈਰਿਡ ਸੀ ਨਹੀਂ ਅਨਮੈਰਿਡ ਸੀ ਛੁੱਟੀ ਤੇ ਦਸੰਬਰ ਚ ਕਹਿੰਦਾ ਸੀ ਆਉਣ ਨੂੰ ਮੈਂ ਕਿਹਾ ਆ ਜੀ ਨਾਲੇ ਚਲੋ ਸਵਾ ਤੇ ਮੈਂ ਜੋੜ ਮੇਲੇ ਤੇ ਚਲੋ ਵੇਖ ਲੇਗਾ ਬਾਕੀ ਜੋ ਮਾਲਕ ਦੀ ਮਰਜ਼ੀ ਜੇ ਉਹ ਕਹਿੰਦਾ ਸੀ ਮੈਂ ਵੀ ਪਹਿਲਾਂ ਭੈਣ ਦਾ ਵਿਆਹ ਕਰਾਂਗਾ ਉਸ ਤੋਂ ਬਾਅਦ ਆਪਣੇ ਵਿਆਹ ਬਾਰੇ ਕਰਾਂਗਾ ਆਖਰੀ ਵਾਰ ਕਦੋਂ ਗੱਲ ਹੋਈ ਸੀ ਉਹਨਾਂ ਨਾਲ ਤਿੰਨ ਚਾਰ ਕੁ ਦਿਨ ਹੋ ਗਏ ਤਕਰੀਬਨ ਮੈਂ ਤੇ ਜਾ ਰਹੇ ਸੀਗੇ ਮੇਰੇ ਖਿਆਲ ਕੋਈ ਗੇਮਾਂ ਸੀਗੀਆਂ ਦੂਜੇ ਬੱਚਿਆਂ ਦੀਆਂ ਨਾਲ ਤੁਸੀਂ ਸਾਥੀਆਂ ਦੀਆਂ ਵੈਸੇ ਟੀਏ ਟ੍ਰੇਡ ਸੀਗਾ ਇਹਨੂੰ ਕੋਈ ਥੋੜ੍ਹਾ ਨਾਲ ਕਹਿੰਦੇ ਸੀ ਚੱਲ ਤੂੰ ਫੋਟੋਆਂ ਇਹਨਾਂ ਦੀਆਂ ਖਿੱਚ ਲਿਆਈ ਘਰ 'ਚ ਪੈ ਰਹੇ ਕੀਰ ਨੇ ਸੱਥਰ 'ਚ ਦੁਹਾਈਆਂ ਪਾ ਰਹੀ ਮਾਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਤਸਵੀਰਾਂ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੇ ਦੀਆਂ ਨੇ ਤਰਨਦੀਪ ਸਿੰਘ ਮਹਿਜ਼ 23 ਸਾਲ ਦੀ ਉਮਰ 'ਚ ਸ਼ਹਾਦਤ ਦਾ ਜਾਮ ਪੀ ਗਿਆ ਤਰਨਦੀਪ ਦੇ ਪਿਤਾ ਖੇਤੀ ਕਰਦੇ ਨੇ ਘਰ 'ਚ ਮਾਤਾ ਪਿਤਾ ਤੋਂ ਇਲਾਵਾ ਇੱਕ ਭੈਣ ਵੀ ਹੈ ਤਰਨਦੀਪ ਸਿੰਘ ਕੁਝ ਸਾਲ ਪਹਿਲਾਂ ਫੌਜ 'ਚ ਭਰਤੀ ਹੋਇਆ ਸੀ ਉਹ ਆਪਣੇ ਸਾਥੀ ਜਵਾਨਾਂ ਨਾਲ ਗੱਡੀ 'ਚ ਕਿਸੇ ਖੇਡ ਟੂਰਨਾਮੈਂਟ 'ਚ ਹਿੱਸਾ ਲੈਣ ਜਾ ਰਿਹਾ ਸੀ ਕਿ ਉਹਨਾਂ ਦੀ ਗੱਡੀ ਡੂੰਘੀ ਖੱਡ 'ਚ ਡਿੱਗ ਗਈ ਮੌਤ ਦੀ ਖਬਰ ਸੁਣ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ ਬੇਟਾ ਸੀ ਜੀ ਆਰਮੀ 'ਚ ਗੱਡੀ 'ਤੇ ਜਾ ਰਹੇ ਸੀਗੇ ਆਪਣੇ ਸਾਥੀਆਂ ਨਾਲ ਗੱਡੀ ਖਾਈ 'ਚ ਡਿੱਗ ਪਈ ਬਸ ਉੱਥੇ ਸ਼ਹੀਦ ਹੋ ਗਏ ਨੇ ਜੋ ਮਾਲਕ ਦੀ ਰਜਾ ਤਰਨਦੀਪ ਸਿੰਘ ਸੀ ਬੇਟੇ ਦਾ ਨਾਂ 23 ਸਾਲ ਦੀ ਸੀ ਉਮਰ ਹੁਣ 24 ਮੈਂ ਲੱਗਣਾ ਸੀ 21 ਨਵੰਬਰ ਚ ਮੈਰਿਡ ਸੀ ਨਹੀਂ ਅਨਮੈਰਿਡ ਸੀ ਜੀ ਆਸ਼ਿਕ ਕਦੋਂ ਗੱਲ ਹੋਈ ਤਿੰਨ ਚਾਰ ਦਿਨ ਹੋਏ ਨੇ ਉਦੋਂ ਹੋਈ ਸੀ ਛੁੱਟੀ ਤੇ ਵੀ ਆਉਣਾ ਸੀ ਇੱਥੇ ਹਾਂਜੀ ਛੁੱਟੀ ਤੇ ਦਸੰਬਰ ਚ ਕਹਿੰਦਾ ਸੀ ਆਉਣ ਨੂੰ ਮੈਂ ਕਿਹਾ ਆ ਜੀ ਨਾਲੇ ਚਲੋ ਸਵਾ ਤੇ ਮੈਂ ਜੋੜ ਮੇਲੇ ਤੇ ਚਲੋ ਵੇਖ ਲੇਗਾ ਬਾਕੀ ਜੋ ਮਾਲਕ ਦੀ ਮਰਜ਼ੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਘਟਨਾ ਦਾ ਉਹਦਾ ਮਾਸਟਰ ਸੀ ਜੀ ਉਸੇ ਯੂਨਿਟ ਚੋਂ ਰਿਟਾਇਰ ਹੋਇਆ ਉਹਨੂੰ ਉਹਦੇ ਸਾਥੀਆਂ ਨੇ ਫੋਨ ਕਰਕੇ ਦੱਸਿਆ ਸੀ ਸਾਨੂੰ ਮੈਨੂੰ ਫਿਰ ਸਵੇਰੇ ਉਹਦਾ ਫੋਨ ਆਇਆ ਲੇਕਿਨ ਮੈਂ ਫਿਰ ਘਰ ਨਹੀਂ ਸੀ ਅਜੇ ਦੱਸਿਆ ਮੈਂ ਕਿਹਾ ਆਓਗੇ ਤਾਂ ਫਿਰ ਚਲੋ ਗੱਲ ਕਰਾਂਗੇ ਪਿੱਛੇ ਫਿਰ ਉਹਦੀ ਮਾਤਾ ਨੂੰ ਸੰਭਾਲਣ ਲਈ ਕੁਛ ਚਾਹੀਦੇ ਰਿਸ਼ਤੇ ਦਾ ਫਿਰ ਉਹ ਆਏ ਨੇ ਫਿਰ ਦੱਸਿਆ ਸੀ ਨਹੀਂ ਹਜੇ ਉਹ ਕਹਿੰਦਾ ਸੀ ਮੈਂ ਵੀ ਪਹਿਲਾਂ ਭੈਣ ਦਾ ਵਿਆਹ ਕਰਾਂਗਾ ਉਸ ਤੋਂ ਬਾਅਦ ਆਪਣੇ ਵਿਆਹ ਬਾਰੇ ਕਰਾਂਗਾ ਤਿੰਨ ਚਾਰ ਕੁ ਦਿਨ ਹੋ ਗਏ ਤਕਰੀਬਨ ਮੈਨੂੰ ਡੇਟ ਸਹੀ ਯਾਦ ਨਹੀਂ ਹੈਗੀ ਤੇ ਉਹਦਾ ਆਪਣੀ ਮਾਤਾ ਨਾਲ ਲੱਗ ਗਿਆ ਰਿਹਾ ਤਕਰੀਬਨ ਅੱਗੇ ਤਾਂ 15-20 ਮਿੰਟ ਕਰਦੇ ਆਮ ਨੋਰਮਲ ਗੱਲ ਉਸ ਦਿਨ ਪਤਾ ਨਹੀਂ ਕੀ ਮੰਨਦੇ ਤਕਰੀਬਨ ਡੇਢ ਘੰਟਾ ਲੱਗਿਆ ਰਿਹਾ ਡਿਊਟੀ ਤੇ ਸੀ ਨਾਲੇ ਚਲੋ ਗੱਲਾਂ ਬਾਤਾਂ ਕਰਦਾ ਰਿਹਾ ਮੈਂ ਕਿਹਾ ਚਲੋ ਮਾਤਾ ਮਾਂ ਬੇਟੇ ਦੁੱਖ ਸੁੱਖ ਖੋ ਲੈਂਦੇ ਨੇ ਕਿਤੇ ਜਾ ਰਹੇ ਸੀਗੇ ਮੇਰੇ ਖਿਆਲ ਕੋਈ ਗੇਮਾਂ ਸੀਗੀਆਂ ਦੂਜੇ ਬੱਚਿਆਂ ਦੀਆਂ ਨਾਲ ਤੁਸੀਂ ਸਾਥੀਆਂ ਦੀਆਂ ਵੈਸੇ ਟੀਏ ਟ੍ਰੇਡ ਸੀਗਾ ਇਹਨੂੰ ਕੋਈ ਥੋੜ੍ਹਾ ਨਾਲ ਕਹਿੰਦੇ ਸੀ ਚੱਲ ਤੂੰ ਫੋਟੋਆਂ ਇਹਨਾਂ ਦੀਆਂ ਖਿੱਚ ਲਿਆਈ ਕਹਿੰਦੀ ਵੈਸੇ ਡਿਊਟੀ ਤਾਂ ਉੱਧਰ ਮੇਰੇ ਖਿਆਲ ਸ਼ਾਇਦ ਹੈ ਸੀ ਪਤਾ ਨਹੀਂ ਇੰਨਾ ਨਹੀਂ ਮੈਨੂੰ ਪਤਾ ਲੇਕਿਨ ਇਹ ਨਾਲ ਫੋਟੋਆਂ ਖਿੱਚਣ ਵਾਸਤੇ ਨਾਲ ਇਹਨੂੰ ਭੇਜਿਆ ਸੀਗਾ ਤੇ ਗੱਡੀ ਕਹਿੰਦੇ ਸਟੇਅਰਿੰਗ ਲੌਕ ਹੋ ਗਿਆ ਤੇ ਖਾਈ 'ਚ ਡਿੱਗ ਪਈ ਸੀ ਤੇ ਇਹਦੇ ਕਾਰਨ ਅਜੇ ਕੋਈ ਪਤਾ ਨਹੀਂ ਅਜੇ ਕੋਈ ਕੀ ਅਜੇ ਕੋਈ ਪਤਾ ਨਹੀਂ ਇੱਕ ਲੋਤਾ ਮੁੰਡਾ ਸੀ ਕਰਦੇ ਆ ਹਾਂਜੀ ਬੇਟਾ ਇੱਕੋ ਹੀ ਹੈ ਮੇਰਾ ਜੀ ਇਹ ਦਸੰਬਰ 2018 ਚ ਹੋਇਆ ਸੀ ਮਨਭਾਗੀ ਘਟਨਾ ਸਾਡੇ ਇੱਥੇ ਹੋਈ ਹੈ ਤੇ ਜੋ ਸਾਡੇ ਫੌਜੀ ਦੇ ਨਾਂ ਦਾ ਟਰੱਕ ਪਲਟਿਆ ਹੈ 9 ਮੌਤਾਂ ਹੋਈਆਂ ਅਮਰ ਸ਼ਹੀਦ ਹੋ ਗਏ ਉਹ ਤੁਸੀਂ ਦੇਖੋ ਅਸੀਂ ਉਹਨਾਂ ਦੇ ਘਰ ਆ ਕਿੱਦਾਂ ਉਹਦੀ ਭੈਣ ਆ ਕਿਵੇਂ ਉਹਦੀ ਦਰਦ ਬਿਆਨ ਕਰਨਾ ਬਹੁਤ ਔਖਾ ਮੈਂ ਤਾਂ ਇਹੀ ਕਹੂੰਗੀ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਹਦੇ ਪਰਿਵਾਰ ਨੂੰ ਸਾਡੇ ਦੇਸ਼ ਨੂੰ ਦੇ ਹੋਰ ਜਵਾਨਾਂ ਨੂੰ ਵੀ ਜਵਾਨਾਂ ਨਾਲ ਜੋ ਇਹ ਹਾਦਸਾ ਹੋਇਆ ਸਭ ਦੇ ਪਰਿਵਾਰਾਂ ਨੂੰ ਬਲ ਬਖਸ਼ੇ ਤਰਨਦੀਪ ਸਿੰਘ ਨੇ ਦਸੰਬਰ ਮਹੀਨੇ 'ਚ ਛੁੱਟੀ 'ਤੇ ਘਰ ਆਉਣਾ ਸੀ ਇੰਨੀ ਛੋਟੀ ਉਮਰ 'ਚ ਤਰਨਦੀਪ ਸਿੰਘ ਦੇ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਹਰ ਕੋਈ ਸਦਮੇ 'ਚ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਧਰਮਿੰਦਰ ਦੇ ਨਾਲ ਨਿਊਜ਼ ਡੈਸਕ ਰਿਪੋਰਟ ਸਪੋਕਸਮੈਨ ਟੀਵੀ